खड़ा हो, दवाई ले ले। गोली लेनी है, घोल के लिए पानी से निगा जा पानी है, ना दर्द हट जूगा, ना माड़ा मोटा गल लिसा जाऊगा। गोली तो हम परी तो पितल दी लगू, जिद्दे लगी रिश्तेदार अड्डी गल हो गई थी, हौली हौली सारे आने ना पट्टी किधर खोलती, पट्टी तो मैं हूं गया गिली जी होगी, मैं चल फिर करा लिया मैं लाती बे जख मल दबारे हो कंडे बीज लेंगे मसा माड़ा मुड़े ऐ जे जख मनु नहीं बंत गल दा। मैं तो तेन आई कहती थी मैं खाना मैं मानू के घर फोन करी थी, किनू पूछ के करता था फिर उठे पे पूछन वाली दे की गल है, हुन कोई दुख सुख हुंदा पकड़ा जांदे नहीं अगले ते पता लैना, मैं सीबो भैन नू फोन करी थी की कहता फिर बे मैं तो कुछ नहीं कहा, वो तो उही आउणगे, मैं उन्हां नू फोन करी थी मैं चल आ जाओ नाले मिल जाओ, ला मैनू बाहा कड़ियां ने पत्थो ताके गए ने उरे ना फिर की हो गया जे दोबारे आ जाणगे तू होर ना उन्हां कोले फोका छड़ा मार दी कोई मैं तो लड़ नहीं है फोकिया फड़ा मार दी सारे पिंड तेरी थू थू हो रही है जी जी पता भी तीजे दिन तू छित्र खा के आ जाना ना एक गल हो मैं तो जो बारे गोवा छिटन जानी ना रिक जनानी मैंने घेर के खड़ जाती है कहती है हो दस तेरे प्रधान का की हाल है कि तो जुत्तियां खा के आ गया उन्होंने की पता प्रीतो गल उदी उड़ती होंगी जी कोई गल होंगी है लोगों की उड़ी गल काली दुनिया का प्रधान मैं तो गल होंगे जुत्तियां काली दुनिया का प्रधान ही खा के आ तीजे दिन तेन आप नहीं है माड़ी मोटी मैं तो शर्म आती है मार पी भी होंगी मार पानी भी पीती है तेन की पता तेरे तो पीती हो रही है मैं तो देख लिया मार पाती मेरी गल एक सुन ल कोई आवे उरे रिश्तेदार आवे कोई आंढ गुआंढ तू आवे मैं सौ गप मारा तो बच्चे नहीं बोलना मैं आप ही गल टालूंगी गल होगी मेरी सुन लगा मथों नंगारा पाया कर आ तेरे तेरे गप पहाड़ा जिडे ने रोज बिना टायरों तोड़ दिना मैंने ना पापा की अधिकारी बना मैं नहीं झूठ बोलती किसी ने सच दसूंगी नाले ਇਹ ਸੱਚ ਦੱਸੇਗੀ ਮੈਂ ਗੁੱਤਨੀ ਤੂੰ ਮਾਰੂ ਫੜਦੀਆਂ ਸੁਕਰੀ ਤੂੰ ਤੂੰ ਮੈਂ ਤਾਂ ਜੁੱਤੀਆਂ ਨਾ ਕੋਈ ਬਿਮਾਰੀ ਪਾ ਮੱਝੇ ਤੇ ਪਿਆ ਵੀ ਨਹੀਂ ਦਿਖਦਾ ਹੈਗਾ ਕਿੱਥੇ ਤੂੰ ਤਾਂ ਕੱਜਾ ਬੜਾ 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 ਮਾਰਦਾ ਚਿਕਾ ਲੱਖ ਦੀ ਜਨਾਨੀ ਨੂੰ ਖੇਣ ਕਰਨਾ ਚੰਦਰਾ ਕੋਲ ਕਿਰ ਲਾ ਜਾ ਮੇਰੇ ਨਾਲ ਹੀ ਆ ਉੱਧਰ ਦੇ ਕੇ ਜਿੱਤੇ ਅੱਖਾਂ ਵਿੱਚ ਗਿਆ ਕਿਉਂ ਬਾਹਰ ਲੈ ਮੇਰੀ ਬਾਹਰ ਬਣੀ ਹੈ ਤੂੰ ਜੇ ਕੱਲ ਨੂੰ ਪਤਾ ਲੱਗ ਗਿਆ ਮੈਂ ਬਰਾਨੂ ਵੀ ਪ੍ਰਧਾਨ ਦੇ ਘਰੇ ਵੀ ਕੁੱਟਾ ਪੈਂਦੀ ਹੈ ਮਤਾ ਪਾਜ ਕਰਕੇ ਬੋਲੂ ਮੈਂ ਨਾਲਗੀ ਤੋਂ ਲਾ ਦੇਣਗੇ ਆਈ ਤਾਂ ਦੋ ਪੈਸੇ ਆਉਂਦੇ ਨੂੰ ਪਿਆ ਨਾ ਲਾਦਾ ਪਿਆ ਹੈ ਪਾਪਾ ਜੀ ਪਾਪਾ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਈ ਸਾਹਿਬ ਜੀ ਲੋ ਚਾਹ ਕਰੀ ਹੋਰ ਚੱਕ ਦੇ ਲੱਗੀ ਹੋਰ ਤੈਨੂੰ ਪਤਾ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਆ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਭੈਣ ਸਤਿ ਸ੍ਰੀ ਅਕਾਲ ਕੋਈ ਠੀਕ ਹੈ ਬਸ ਠੀਕ ਆ ਠੀਕ ਆ ਪੈਟ ਮੈਂ ਪਾਣੀ ਲੈ ਕੇ ਹੋਈ ਪਾਣੀ ਕਹਾੜੀ ਥੋੜੀ ਜੀ ਪੈੜੀ ਕਰੀ ਖੜੀ ਹੋਈ ਨਾ ਕਿਵੇਂ ਠੀਕ ਹੋ ਜੀ ਹੁਣ ਤੁਸੀਂ ਮੈਂ ਰੱਖ ਲੱਗੀ ਹੁਣ ਤੁਹਾਨੂੰ ਪਾਪਾ ਜੀ ਸੁੱਤਾ ਪਿਆ ਆਉਂਦਾ ਆ ਲੋ ਪਾਣੀ ਪੀ ਲਓ ਠੀਕ ਹੋ ਜੀ ਠੀਕ ਹੀ ਹਾਂ ਪਸਾਰਾ ਨਹੀਂ ਸੀ ਪਹਿਲਾਂ ਨਾ ਮੈਂ ਤੂੰ ਪਜੀ ਛੇਕ ਦਾਤੀ ਜਵਾਈ ਕਰ ਲਈ ਮਹਾ ਅੱਛਾ 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 ਠੀਕ ਹੈ ਜੀ ਮੈਂ ਕਿਹਾ ਸੀ ਸੰਦੀਪ ਨੂੰ ਅੱਖ ਲੱਗੀ ਹੋਣੀ ਬਾਤ ਅੱਖ ਕਿੱਥੇ ਅੱਛਾ 60 ਫੀਟ ਠੀਕ ਹੈ ਜੀ ਹੁਣ 60 ਫੀਟ ਕਾਦੀ 60 ਫੀਟ ਮੈਂ ਦੱਸਿਆ ਸੀ ਮੰਮੀ ਹੁਣਾਂ ਨੇ ਕਿਤੇ ਫੋਨ ਕਰਿਆ ਸੀਗਾ ਲੈ ਉਹੀ ਲੋਕ ਖੰਭਾਂ ਦੀਆਂ ਡਾਰਾਂ ਬਣਾਈ ਜਾਂਦੇ ਨੇ ਪੁੱਤ ਕੋਈ ਛੱਟ ਨਹੀਂ ਹਾਂ ਜੀ ਆ ਬੈਠਾ ਸਾਬ ਤਾਂ ਸੁਡੇ ਕੋਲੇ ਠੀਕ ਵੀ ਐ ਇਹ ਜਾ ਕੀ ਹੋ ਗਿਆ ਤੀ ਕੁਛ ਨਹੀਂ ਹੋਇਆ ਕਬਜੇ ਤੇ ਗਿਆ ਚੰਗੇ ਭਲੇ ਲੈ ਉਹੀ ਸੁਣ ਤਾਂ ਵੀ ਭਜੜਾ ਪਾਤੀਆਂ ਮੈਂ ਸਾਨੂੰ ਤਾਂ ਪਤਾ ਲੱਗਿਆ ਨਹੀਂ ਟ੍ਰੈਕ ਰੂਟ ਵੀ ਬੰਨਿਆ ਗਿਆ ਕਿ ਓ ਕਾਹਨੂੰ ਪੰਨਿਆ ਗਿਆ ਪੁੱਤ ਉਹ ਤਾਂ ਗੱਲਾਂ ਹੀ ਤੀ ਹਾਂ ਜੀ ਮੈਂ ਬਾਗਿਆ ਕਬਜੇ ਤੇ ਅੱਛਾ ਕਬਜਾ ਸੀ ਲੈ ਲਿਆ ਅੱਛਾ ਜੀ ਹੈ ਤੇ ਉਹ ਮੁੰਡੇ ਕਹਿੰਦੇ ਵੀ ਪਾਰਟੀ ਕਰ ਪ੍ਰਧਾਨ ਆਇਆ ਹੋਇਆ ਬੰਦ ਹਾਂ ਜੀ ਹਾਂ ਜੀ ਹਾਂ ਮੈਂ ਚਲੋ ਪਾਰਟੀ ਕਰ ਲੂੰ ਠੀਕ ਹੈ ਜੀ ਚਲੋ ਉਹ ਤਾਂ ਮੈਂ ਪਿੰਡਾਂ ਨਹੀਂ ਸ਼ੂਗਰ ਦਾ ਹਾਂ ਜੀ ਠੀਕ ਹੈ ਮੈਂ ਇੱਕ ਪੈਗ ਜਾ ਲਾ ਲਿਆ ਉਹ ਕਹਿੰਦੇ ਵੀ ਸਟੰਟ ਕਰਕੇ ਦਿਖਾ ਅੱਛਾ ਟਰੈਕਟਰ ਦਾ ਹਾਂ ਨਵੇਂ ਮੁੰਡੇ ਦੀ ਹਾਂ 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 ਮੈਂ ਲੈ ਕਿੱਡੀ ਗੱਲ ਹੈ ਅੱਛਾ ਉਹ ਮੈਂ ਟਰੈਕਟਰ ਦਾ ਸਟੰਟ ਲੱਗ ਗਿਆ ਕਰਨ ਰੇਸ ਜ਼ਿਆਦਾ ਦਿੱਤੀ ਕਿ ਟਰੈਕਟਰ ਖੜਾ ਹੋ ਗਿਆ ਅੱਛਾ ਉਹ ਪਲਟ ਗਿਆ ਪਲਟ ਕੇ ਮੇਰੇ ਗੋਡੇ ਤੇ ਡਿੱਗ ਪਿਆ ਟਰੈਕਟਰ ਫੇਰ ਤਾਂ ਬੱਚਤੀ ਹੋ ਗਈ ਉਹ ਫੁੱਟ ਗਈ ਉਹਦੀ ਅੱਛਾ ਜੀ ਮੇਰੀ ਗੱਲ ਸੁਣ ਲੈ ਬੰਦ ਤਸਿਆ ਇਹੋ ਜੇ ਪੰਗੇ ਵੀ ਕੱਦ ਕਾਟ ਦੇ ਕੇ ਲਿਆ ਕਰਦੇ ਨੇ ਉਹ ਭਾਂਜੀ ਬਥੇਰੀ ਵੱਡੀ ਦੇ ਆ ਕੀ ਹੋਇਆ ਜੇ ਸ਼ੂਗਰ ਨੇ ਖਾ ਲਿਆ ਮੈਂ ਅੱਛਾ ਫਿਰ ਉਹ ਟਰੈਕਟਰ ਕਿੱਥੇ ਜਿਹੜਾ ਫੁੱਟ ਗਿਆ ਜੀ ਉਹ ਤਾਂ ਮੁੰਡੇ ਲੈ ਕੇ ਸ਼ੀਸ਼ੇ 'ਚ ਜੜਾਵਾਂਗੇ ਕਹਿੰਦੇ ਪ੍ਰਧਾਨ ਦਾ ਟਰੈਕਟਰ ਹੈ ਇਹ ਅੱਛਾ ਹਾਂ ਨਹੀਂ ਤਾਂ ਲੋਹਾ ਤੈਨੂੰ ਪਤਾ ਕਬਾੜ 'ਚ ਹੀ ਜਾਂਦਾ ਆਹੋ ਆਹੋ ਮੈਂ ਫੁੱਟ ਗਿਆ ਹੋਊਗਾ ਹਾਂ ਉਹ ਤਾਂ ਪ੍ਰਧਾਨ ਕਰਕੇ ਫਿਰ ਸ਼ੀਸ਼ੇ 'ਚ ਜੜਾਵਾਂਗੇ ਹੁਣ ਠੀਕ ਆ ਠੀਕ ਆ ਉਹ ਤਾਂ ਤੈਨੂੰ ਵੀ ਲੈ ਜਾਂਦੇ ਤੇ ਕਹਿੰਦੇ ਇਹਨੂੰ ਵੀ ਅਸੀਂ ਸ਼ੀਸ਼ੇ 'ਚ ਜੜਾ ਲੈਣੇ ਆ ਫਿਰ ਮੈਂ ਆਖਿਆ ਜੀ ਪ੍ਰਧਾਨਗੀ ਦਾ ਕੀ ਬਣੂਗਾ ਆਹੋ ਹੋ ਜੂਗਾ ਹੋਰ ਉਹ ਲੋਕ ਮੇਰੀਆਂ ਫੋਟੋਆਂ ਦੇਖਦੇ ਨੇ ਰੋਜ਼ ਕਮਰਿਆਂ 'ਚ ਲੱਗੀਆਂ ਹੋਈਆਂ ਨੇ ਪਤਾ ਲੋਕਾਂ ਦੇ ਆਹੋ ਜੀ ਠੀਕ ਆ ਜੀ ਠੀਕ ਆ ਤੁਹਾਡੀ ਗੱਲ ਠੀਕ ਹੈ ਤੇ ਹੁਣ ਤੁਹਾਨੂੰ ਪਤਾ ਹੀ ਹੈ ਨਾ ਵੱਡੀ ਪਰਮਾਰ ਸੀ ਤੁਹਾਡੇ ਕੋਲੇ ਸਾਰੇ ਤੁਹਾਨੂੰ ਜਾਣਦੇ ਨੇਗੇ ਬਥੇਰੇ ਚਾਚੇ ਨੇ ਭੈਣ ਜੀ ਚਲੋ ਆਏ ਜੀ ਜੇ ਗੱਲ ਤੇ ਉਲਟਿਆਂ ਦਾ ਟਰੈਕਟਰ ਫਿਰ ਔਖਾ ਹੋ ਜਾਂਦਾ ਹੈਨਾ ਸੌਖਾ ਬਚ ਤੇ ਰਹੇਗੀ ਹਜੇ ਵੀ ਮੈਂ ਤਾਂ ਘਰੋਂ ਮਕਾ ਰੱਖਿਆ ਪੁੱਤ ਮੈਂ ਤਾਂ ਮੋਹ ਤੋੜ ਲਿਆ ਸੀ ਘਰੋਂ ਜਿਸ ਦਿਨ ਮੈਂ ਕਾਲੀ ਦੁਨੀਆ 'ਚ ਗਿਆ ਮੈਂ ਤਾਂ ਤੋੜ ਲਿਆ ਤੇ ਮੈਨੂੰ ਕੋਈ ਰੋਵੇ ਨਾ ਐ ਨਹੀਂ ਸਰਦਾ ਹੁੰਦਾ ਜੀ ਐ ਹੀ ਗੱਲਾਂ ਨਾ ਕਰਿਆ ਕਰੋ ਆਪਾਂ ਤਾਂ ਮਕਾਤੀ ਸੀ ਗੱਲ ਵੀ ਮਗਰੋਂ ਕੋਈ ਐ ਨਾ ਹੰਝੂ ਨਾ ਅੱਜ ਕਿਸੇ ਦੀ ਅੱਖ ਲੈ ਇਹ ਗੱਲਾਂ ਹੁੰਦੀਆਂ ਨੇ ਬੀਬੀ ਬਸ ਤੈਨੂੰ ਪਤਾ ਇਹਨੇ ਵੀ ਗੱਲਾਂ ਕਰਨ ਨਾਲ ਮੇਰੀ ਗੱਲ ਸੁਣ ਲੈ ਇਹੋ ਜਿਹੇ ਬੰਗੇ ਨਾ ਹੁਣ ਤੂੰ ਲਿਆ ਕਰ ਦੇਖ ਕੇ ਲਿਆ ਕਰ ਗਾਹਾਂ ਸਰੀਰ ਤੈਨੂੰ ਪਤਾ ਹੀ ਹੈ ਬੜਾ ਹੋਈ ਜਾਂਦਾ ਨਾ ਨਾ ਭੈਣ ਜੀ ਕੁਛ ਹੋ ਜੇ ਹੁਣ ਨਹੀਂ ਮੁੜਦਾ ਵਾਪਸ ਜਦੋਂ ਹੁਣ ਬਾਕੀ ਗਿਆ ਕਾਲੀ ਦੁਨੀਆ 'ਚ ਹੁਣ ਕਿੱਥੇ ਮਗਰ ਮੁੜਿਆ ਜਾਊ ਭੈਣ ਜੀ ਬਹੁਤ ਅੱਗੇ ਵਾਲੇ ਵੀ ਮਗਰ ਵੀ ਦੇਖ ਲੈ ਘਰ ਵਾਰੇ ਚ ਵਾਕ ਚੱਲੇ ਨੇ ਉਹਦੇ ਦੇਖ ਕੇ ਗਿਆ ਸੀ ਮੈਂ ਦੁੱਖਾਂ 'ਚ ਫਿਰ ਮੁੜ ਕੇ ਕਿਵੇਂ ਆ ਗਿਆ ਹੁਣ ਆਇਆ ਕਿੱਥੇ ਮੈਂ ਆਇਆ ਕਿੱਥੇ ਆ ਮੈਂ ਤਾਂ ਗਿਆ ਹੁਣ ਤੁਹਾਡੇ ਸਾਹਮਣੇ ਆ ਭੈਣ ਜੀ ਇਹ ਤਾਂ ਛਿੱਤਰ ਪੈ ਜਾਂਦੇ ਨੇ ਫੇਰ ਆ ਕੇ ਇੱਥੇ ਡਿੱਗ ਜਾਂਦਾ ਇਹ ਵਿੱਚ ਕੁੱਟ ਪੈਂਦੀ ਵੀ ਆ ਭੈਣ ਜੀ ਤੇ ਕੁੱਟ ਦੇ ਵੀਆਂ ਜਿੱਦ ਨਹੀਂ ਛੱਡਦਾ ਤੇ ਕੁਝ ਵੀ ਆ ਉਹ ਮਾਣੋ ਸੋਚ ਕਰੀ ਜਾਂਦੀ ਉੱਥੇ ਇਹਦੀ ਬਾਪੂ ਮੇਰੀ ਗੱਲ ਕਰਾ ਦੋ ਕਿੱਡੀ ਕੁ ਗੱਲ ਆ ਲਾ ਆ ਬੈਠਾ ਚੰਗਾ ਭਲਾ ਮੈਂ ਜਾਂ ਚਾਹ ਕਰ ਲਿਆ ਤੂੰ ਮੰਜੇ ਤਾਂ ਬੈਠੀ ਮੰਜਾ ਤੋੜ ਦੇਂਗੀ ਕੁਛੀ ਡਾਲਾ ਇਧਰ ਬੱਲੇ ਹੋਣੀਆਂ ਤੇਰੇ ਜਿਹੜਾ ਮੰਜਾ ਟੁੱਟਦਾ ਹੈਗਾ ਕਮਾਲ ਹੋ ਰਹੀ ਹੈ ਜਮੀ ਤੇਰੇ ਵਾਲੀ ਭਾਈ ਸਾਹਿਬ ਮੇਰੀ ਗੱਲ ਸੁਣ ਲੈ ਹਾਂਜੀ ਨਾਲੇ ਇਹੋ ਜਿਹੇ ਪੰਗਿਆਂ ਚ ਨਾ ਵੜਿਆ ਕਰ ਜੇ ਤੈਨੂੰ ਕੁਛ ਹੋ ਗਿਆ ਮਗਰ ਇਹਦਾ ਕੀ ਬਣੂਗਾ ਮੈਨੂੰ ਕੁਛ ਨਹੀਂ ਹੁੰਦਾ ਭੈਣ ਜੀ
ਇੱਥੇ ਨੱਚਦੀ ਆ ਮੌਤ ਉਰੇ ਜ਼ਰੂਰੀ ਨਚਾਉਣੀ ਹੈ ਜ਼ਿੰਦਗੀ ਕਿਹੜਾ ਕਿਤੋਂ ਬਣਦੀ ਹੈ ਲੈ ਨਾਲੇ ਹੁਣ ਐ ਜੀ ਉਮਰ ਹੋਈ ਪਈ ਆ ਹੁਣ ਤੁਸੀਂ ਇਹੋ ਜਿਹਾ ਕੰਮ ਨਾ ਹੀ ਕਰਿਆ ਕਰੋ ਓਏ ਉਮਰਾਂ 'ਚ ਕੀ ਰੱਖਿਆ ਪੁੱਤ ਇੱਥੇ ਤਾਂ ਪਤਾ ਲੱਗਦਾ ਭੈਣ ਜੀ ਰੁਤਬੇ ਦਾ ਹੈ 100-150 ਦਾ ਕਿੱਲਾ ਜ਼ਮੀਨ ਦਾ ਲੈ ਦੂੰ ਮੈਂ ਬੰਬੇ ਘਰ ਲੈ ਜੂੰ ਜਦੋਂ ਨੂੰ ਮੈਂ ਰਿਟਾਇਰ ਹੋਣਾ ਇਸ ਕੰਮ 'ਚ ਭਾਈ ਸਾਹਿਬ ਜੀ ਜੇ ਇਸ ਰੰਗ 'ਚ ਇੰਨਾ ਨਫਾ ਹੈ ਤਾਂ ਤੂੰ ਸਾਡੇ ਕਰਨੈਲ ਨੂੰ ਨਾਲ ਰੱਖ ਲੈ ਨਾ ਹੋਰ ਕੁਛ ਸੇਰਾਂ ਦੀ ਡਾਰ 'ਚ ਗਿੱਦੜਾਂ ਦਾ ਕੰਮ ਨਹੀਂ ਭੈਣ ਜੀ ਹੈ ਹਾਂ ਕਰਨੈਲ ਕੀ ਜਿਹੜਾ ਗਿੱਦੜ ਹੈ ਵੀ ਉਹਦੇ ਦਿੱਲੀ ਤੱਕ ਪਹੁੰਚਾ ਹੈ ਉਹ ਇਹ ਜਿਹਾ ਪਹੁੰਚਾ ਪਤਾ ਹੈ ਸਾਨੂੰ ਸਾਰੀਆਂ ਤੇ ਮੇਰੀ ਗੱਲ ਸੁਣ ਗੱਲਾਂ ਮਾਰਦਾ ਹੈ ਭੈਣ ਜੀ ਸਹੀ ਕਰੀਏ ਨਾਲੇ ਨਾਲ ਤੈਨੂੰ ਸਾਰਾ ਹੋ ਜੂਗਾ ਕਰਨੈਲ ਦਾ ਮੈਨੂੰ ਕਿਸੇ ਦੇ ਸਾਰੇ ਦੀ ਲੋੜ ਨਹੀਂ ਮੈਨੂੰ ਸਫਾਈਆਂ ਨਾ ਦੇ ਪ੍ਰੀਤੋ ਸੌ ਤਾਂ ਲੰਬਾ ਹੋਗਾ ਘਰੇ ਆਉਂਦਾ ਹੈਗਾ ਲੈ ਹੱਥ ਹੋ ਰਹੀ ਹੈ ਨਾ ਉਹਦਾ ਤੈਨੂੰ ਕਿਸੇ ਨੇ ਕੀ ਲੰਬਾ ਦਿੱਤਾ ਪਹਿਲਾਂ ਤਾਂ ਮੈਨੂੰ ਆਂਦਾ ਸਾਨੂੰ ਬਾੜੀਆਂ ਦੀਆਂ ਗੱਲਾਂ ਦਾ ਸਾਰਿਆਂ ਪਤਾ ਕਿੰਨੇ ਲੰਬੇ ਹੋਗੇ ਤੂੰ ਨਾ ਚੁੱਪ ਕੇ ਗੱਲਾਂ ਕਰਿਆ ਕਰ ਤੇਰੀਆਂ ਗੱਲਾਂ ਮਾਰਿਆ ਕਰ ਮੈਂ ਜਦੋਂ ਦੱਸਿਆ ਤੁਸੀਂ ਆਉਂਦੇ ਆ ਸਿੱਧੀ ਗੱਲ ਕਰਿਆ ਕਰ ਮੇਰੇ ਨਾਲ ਪਹਿਲਾਂ ਤਾਂ ਮੇਰੇ ਪਤਾ ਲੈਣਾ ਆਉਂਦੀ ਨਹੀਂ ਸੀ ਪਰ ਨਾ ਆਉਂਦੀ ਤੈਨੂੰ ਸੱਦਿਆ ਕਿਹਨੇ ਆਉਂਦਾ ਜਿਹਨੇ ਸੱਦਿਆ ਸੀ ਉਸੇ ਸੱਦੇ ਤੋਂ ਮੈਂ ਆਈ ਆ ਚਲ ਬਹਿ ਜਾਓ ਕੋਈ ਨਾ ਜੇ ਤੇ ਮੈਂ ਸੱਦਾ ਭੇਜਿਆ ਉੱਦੇ ਆ ਉੱਚਾ ਕਦੇ ਮੂੰਹ ਆ ਜਾਣੇ ਤੁਸੀਂ ਚਲ ਕੋਈ ਗੱਲ ਨਹੀਂ ਤੁਸੀਂ ਇੰਨਾ ਨਾ ਗਰਮ ਹੋਇਆ ਕਰੋ ਠੀਕ ਕਰਾਉਂ ਸਾਰਾ ਦਿਨ ਨਾ ਮੈਂ ਕੋਈ ਕੰਮ ਤੋਰਿਆ ਹੋਇਆ ਅਕੇ ਨਾਲ ਰੱਖ ਲੈ ਇਹੋ ਜਿਹੇ ਕੰਮਾਂ 'ਚ ਨਾਲ ਰੱਖ ਦਿੰਦੇ ਨੇ ਸਕੀਰੀ ਵਾਲੇ ਬੰਦੇ ਤੂੰ ਤਾਂ ਬੜੇ ਮਾਰਦਾ ਝੰਡੇ ਲਾ ਰੱਖਣੇ ਛਿੱਤਰੀ ਖਾ ਕੇ ਆਉਣਾ ਛਤਰ ਖਾ ਕੇ ਆਉਣਾ ਵਗ ਜਾ ਪ੍ਰੀਤੋ ਮੈਂ ਮਗਦ ਤੇ ਗੱਡ ਦੂੰ ਲੱਖ ਇਹੀ ਕਰ ਦੂੰਗਾ ਜੱਜ ਨੇ ਖਰਦੀਆਂ ਸੁਪਰੀ ਤੂੰ ਕਰ ਦੰਦੀਆਂ ਚੱਕ ਕੇ ਫੋਨ ਉਹਨਾਂ ਨੂੰ ਆ ਜੋ ਰੇ ਆਹੀ ਮਾਰੂ ਸਿਰ 'ਚ ਮਾਰ ਇਹੀ ਤਾਂ ਚਾਹੁੰਦੀ ਆ ਵੀ ਜੇ ਮਰ ਜੇ ਮੇਰੇ ਨਾਲ ਹੀ ਇਹ ਘਾਉ ਗੁਜੂ ਬੇੜੇ 'ਚ ਘਾ ਖਰਦੀਆਂ ਸੁਪਰੀ ਤੂੰ ਤਾਈਓ ਸਰਾਣੇ ਰੱਖ ਕੇ ਪੈਂਦਾ ਛੋਟਾ ਕੀ ਪਤਾ ਕਦੋਂ ਟਾਈਮ ਚਕਾ ਦੇ ਕਹਿ ਕੇ ਕਰਨੈਲ ਨੂੰ ਐਨੀ ਮਰਦਾ ਬੰਤ ਸਨੇਹੇ ਲਾਉਂਦੀ ਆ ਸਕੀਰੀਆਂ 'ਚ